ਪੇਂਦੇ ਸੱਟੀ ਨਾ ਮੇਰਾ ਭਰਾ ਅੱਗੇ ਨਿਕਲਣ ਦੀ ਕਰਿਆ ਕਰੋ ਕਿਉਂਕਿ ਉਹਦੇ ਨਾਲ ਤੁਹਾਡਾ ਹੀ ਨੁਕਸਾਨ ਹੁੰਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੀਰ ਅਜ ਦੀ ਆਪਣੀ ਵੀਡੀਓ ਹੈਗੀ ਆ ਕਿ ਜਿਹੜੇ ਮੇਰੇ ਭਰਾ ਗ੍ਰੀਸ ਵਿੱਚ ਆਉਂਦੇ ਆ ਵਰਕ ਪਰਮਿਟ ਦੇ ਉੱਤੇ ਉਹ ਆ ਕੇ ਇੱਥੇ ਮਸੀਂ 4-5 ਦਿਨ ਰਹਿੰਦੇ ਆ ਤੇ ਨਾਲ ਹੀ ਜਰਮਨ ਕੋਈ ਚਲ ਜਾਂਦਾ ਕੋਈ ਸਪੇਨ ਚਲ ਜਾਂਦਾ ਤੇ ਕੋਈ ਪੁਰਤਗਾਲ ਚਲ ਜਾਂਦਾ ਜਾਂ ਇਟਲੀ ਚਲ ਜਾਂਦਾ ਕਿ ਇਹ ਜਾਣਾ ਸਹੀ ਆ ਜਾ ਗਲਤ ਜਿਹੜੇ ਤਾਂ ਚੱਲ ਗਏ ਮੇਰਾ ਭਰਾ ਚੱਲ ਉਹਨਾਂ ਦੀ ਆਪ ਦੀ ਸੋਚ ਆ ਹਰੇਕ ਦੀ ਠੀਕ ਆ ਪਰ ਕਿਸੇ ਦੀ ਸੋਚ ਨਹੀਂ ਬਦਲ ਸਕਦੇ ਤੇ ਜਿਹੜਾ ਨੇ ਆਉਣਾ ਆ ਮੇਰਾ ਭਰਾ ਉਹ ਵੀਡੀਓ ਜ਼ਰੂਰ ਦੇਖ ਲਿਓ ਕਿ ਕਿੰਨਾ ਕੁ ਜਾਣਾ ਅੱਗੇ ਸਹੀ ਆ ਜਾਂ ਗਲਤ ਆ ਮੈਂ ਤੁਹਾਨੂੰ ਦੱਸ ਦਵਾਂ ਸਭ ਤੋਂ ਪਹਿਲਾਂ ਤਾਂ ਮੇਰਾ ਭਰਾ ਤੁਹਾਨੂੰ ਮੈਂ ਦੱਸ ਦਵਾਂ ਜੇ ਤੁਸੀਂ ਵਰਕ ਪਰਮਿਟ ਦੇ ਗਰੀਸ ਤੇ ਆਉਂਦੇ ਆ ਹਨ ਅੱਗੇ ਜਾਣ ਦਾ ਸਟੈਪ ਮੇਰਾ ਭਰਾ ਨਾ ਚੱਕਿਆ ਕਰੋ ਕਿਉਂਕਿ ਯਾਰ ਤੁਸੀਂ ਜਦੋਂ ਗਰੀਸ ਤੇ ਵਰਕ ਪਰਮਿਟ ਦੇ ਹੁੰਦੇ ਹੋ ਡੋਮੈਸਟਿਕ ਰਾਹੀਂ ਫੜ ਕੇ ਤੇ ਤੁਸੀਂ ਆਰਾਮ ਨਾਲ ਚਲਦਾ ਜਾਂਦੇ ਆ ਪਰ ਉਹਦਾ ਨੁਕਸਾਨ ਕੀ ਆ ਤੁਸੀਂ ਅੱਗੇ 2 ਨੰਬਰ ਦੇ ਵਿੱਚ ਹੋ ਜਾਂਦੇ ਆ ਜਰਮਨ ਵਿੱਚ ਜਾਓਗੇ ਤੁਹਾਨੂੰ 2 ਨੰਬਰ ਦੇ ਵਿੱਚ ਰਹਿਣਾ ਪੈਣਾ ਪੈਸਾ ਜ਼ਰੂਰ ਕਮਾ ਲੂਗੇ ਜੇ ਤੁਹਾਨੂੰ ਵਧੀਆ ਕੋਈ ਕੰਮ ਮਿਲ ਜਵੇ ਪਰ ਲੋਕ ਲੋਕ ਕੇ ਰਹਿਣਾ ਪੈਣਾ ਠੀਕ ਆਣਾ 2 ਨੰਬਰ ਦੇ ਵਿੱਚ ਤੁਸੀਂ ਹੋਏ ਨਾ ਪੇਪਰ ਤੁਸੀਂ ਬਣਾ ਨਹੀਂ ਸਕਦੇ ਜੇ ਤੁਸੀਂ ਕਹੋਗੇ ਕਿਸੀ ਪੁਰਤਕਾਲ ਪੇਪਰ ਲੋ ਕਰਾ ਲੂਗੇ ਪੁਰਤਕਾਲ ਤੁਹਾਨੂੰ ਬਤਾ 2 ਤੋਂ 2.5 ਸਾਲ ਦੇ ਵਿੱਚ ਤੁਹਾਨੂੰ ਕਾਰਡ ਨਹੀਂ ਮਿਲਣਾ ਤੁਹਾਨੂੰ ਟੈਕਸ ਪ੍ਰੋਪਰ ਦੇਣਾ ਪੈਣਾ ਫਿਰ ਜਗੇ ਤੁਹਾਡੇ ਫਿੰਗਰਾਂ ਦੀ ਡੇਟ ਆਊਗੀ ਤੇ ਜੇ ਤੁਸੀਂ ਉਹੀ ਪੇਪਰਾਂ ਦੇ ਜਿਹੜੇ ਵਰਕ ਪਰਮਿਟ ਤੇ ਆਉਂਦੇ ਆ ਤੁਸੀਂ ਗ੍ਰੀਸ ਦੇ ਵਿੱਚ ਹੀ ਰਹਿ ਕੇ ਤੁਸੀਂ ਆਪਣੇ ਪੇਪਰ ਬਣਾ ਲਓਗੇ ਉਹਦਾ ਬੈਨੀਫਿਟ ਤੁਹਾਨੂੰ ਹੋਊਗਾ ਮੇਰਾ ਭਰਾ 6-7 ਮਹੀਨੇ 'ਚ ਤੁਸੀਂ ਪੱਕੇ ਹੋ ਜਾਉਗੇ ਵਾਪਸ ਮੁੜਨ ਜੋਗੇ ਹੋ ਜਾਉਗੇ ਪੰਜਾਬ ਤੁਸੀਂ ਜਾ ਸਕਦੇ ਆ ਸਕਦੇ ਆ ਤੁਹਾਡਾ ਫੀਮੀ ਇਮਕਾ ਵਗੈਰਾ ਸਾਰੇ ਪੇਪਰ ਬਣ ਜਣਾ ਤੁਹਾਡਾ ਟੀਆਰਸੀ ਕਾਰਡ ਬਣ ਜਾਣਾ ਗ੍ਰੀਸ ਦੇ ਵਿੱਚ ਜੇ ਤੁਸੀਂ ਅੱਗੇ ਮੂਵ ਨਾ ਹੁੰਦੇ ਆ ਇਹ ਫਾਇਦਾ ਹੈ ਤੁਹਾਡਾ ਬੈਨੀਫਿਟ ਇਹੀ ਆ ਕਿ ਗ੍ਰੀਸ ਦੇ ਵਿੱਚ ਤੁਸੀਂ ਪੱਕੇ ਬਹੁਤ ਛੇਤੀ ਹੋ ਜਾਂਦੇ ਆ ਇੱਕ ਨੰਬਰ ਦੇ ਵਿੱਚ ਆ ਕੇ 6-7 ਮਹੀਨੇ 'ਚ ਤੁਹਾਡਾ ਟੀਆਰਸੀ ਕਾਰਡ ਬਣ ਜਾਂਦਾ ਆ ਜੇ ਤੁਸੀਂ ਵਰਕ ਪਰਮਿਟ ਤੇ ਸਟicker ਵੀਜ਼ਾ ਲੱਗ ਉਹੀ ਵੀਜ਼ਾ ਜੇ ਤੁਸੀਂ ਅੱਗੇ ਮੂਵ ਕਰ ਜਾਓਗੇ ਤੇ ਮੇਰਾ ਭਰਾ ਤੁਹਾਨੂੰ ਪਤਾ ਫਿਰ 223 ਸਾਲ ਤੁਹਾਡੇ ਪਾਰ ਆ ਤੁਸੀਂ ਵਾਪਸ ਮੁੜਨ ਜੋਗੇ ਨਹੀਂ ਰਹਿਣਾ ਕਿਉਂਕਿ ਮੇਰਾ ਭਰਾ ਪੈਸਾ ਤਾਂ ਜ਼ਰੂਰ ਤੁਸੀਂ ਜਰਮਨ ਜਾਂ ਸਪੇਨ ਵਿੱਚ ਕਮਾ ਲਓਗੇ ਪਰ ਤੁਹਾਡਾ ਇੱਕ ਥਾਂ ਦੇ ਬੇਸ ਨਹੀਂ ਰਹਿਣਾ ਪਹਿਲਾਂ ਜੇ ਤੁਸੀਂ ਇਹੀ ਸਟੈਪ ਚੱਕਣਾ ਕਿ ਅੱਗੇ ਕਿਸੇ ਸ਼ਾਨਗਣ ਕੰਟਰੀਸ਼ਨ ਮੂਵ ਹੋਣਾ ਹੀ ਆ ਪਹਿਲਾਂ ਮੇਰਾ ਭਰਾ ਗ੍ਰੀਸ ਦੇ ਵਿੱਚ ਆਓ ਆਕੇ ਮੇਰਾ ਭਰਾ 6-7 ਮਹੀਨੇ ਤੁਸੀਂ ਲਗਾਤਾਰ ਕੰਮ ਕਰੋ ਜਿਹੜੇ ਪਰਮਿਟ ਤੇ ਤੁਸੀਂ ਆਏ ਆ ਵਰਕ ਪਰਮਿਟ ਤੇ ਤੇ ਆਪਣਾ TCRC ਕਾਰਡ ਬਣਾਓ ਬਣਾ ਕੇ ਫਿਰ ਮੇਰਾ ਭਰਾ ਤੁਸੀਂ ਕਿਸੇ ਵੱਡੀ ਕੰਟਰੀ ਦਾ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਆ ਜੇ ਤੁਸੀਂ ਪ੍ਰੋਪਰ ਟੈਕਸ ਦੋਗੇ ਤਾਂ ਬੈਨੀਫਿਟ ਬਹੁਤ ਹੁੰਦੇ ਆ ਮੇਰਾ ਭਰਾ ਕਿਉਂਕਿ ਜਿਹੜੇ ਨਵੇਂ ਆਉਂਦੇ ਆ ਆਪਾਂ ਨੇ ਹਰੇਕ ਦਿਮਾਗ 'ਚ ਇਹੀ ਸੋਚ ਹੁੰਦੀ ਹੈ ਕਿ ਆਪਾਂ ਅੱਗੇ ਜਾਣਾ ਜੀ ਪੁਰਤਗਾਲ ਜਾਣਾ ਆਪਾਂ ਫਰਾਂਸ ਜਾਣਾ ਜੀ ਆਪਾਂ ਜਰਮਨ ਜਾਣਾ ਪਰ ਉਹਦਾ ਨੁਕਸਾਨ ਵੀ ਮੇਰਾ ਭਰਾ ਦੇਖਿਆ ਕਰੋ ਕਿਉਂਕਿ ਹੁਣ ਰਿਫਿਊਜ਼ਲਾਂ ਵੀ ਬਹੁਤ ਦੇਰੀ ਹੈ ਗ੍ਰੀਸ ਵਾਲੇ ਐਂਬੈਸੀ ਵਾਲੇ ਕਿਉਂਕਿ ਉਹ ਕਹਿੰਦੇ ਜਿਹੜੇ ਵੀ ਬੰਦੇ ਆਉਂਦੇ ਸਾਡੀ ਕੰਟਰੀ ਨੂੰ ਟੈਕਸ ਆਉਂਦਾ ਨਹੀਂ ਜਿਹੜੇ ਵਰਕ ਪਰਮਿਟ ਤੇ ਆਉਂਦੇ ਸਾਰੇ ਤਾਂ ਅੱਗੇ ਨੰਗੀ ਜਾਂਦੇ ਆ ਤਾਂ ਕਰਕੇ ਇਹ ਇਹਦਾ ਨੁਕਸਾਨ ਜਿਹੜੇ ਪਿੱਛੇ ਨਵੇਂ ਉਹਨੇ ਉਹਨਾਂ ਨੂੰ ਵੀ ਚੱਲਣਾ ਪੈਣਾ ਮੇਰਾ ਭਰਾ ਚੱਲ ਵੀ ਰਿਹਾ ਹੈ ਕਹਿੰਦੇ ਰਿਫਿਊਜ਼ਲਾਂ ਵੀ ਬਹੁਤ ਆਉਂਦੀਆਂ ਆ ਉਹ ਕਹਿੰਦੇ ਤੁਸੀਂ ਉੱਥੇ ਤਾਂ ਰਹਿਣਾ ਨਹੀਂ ਮੇਰਾ ਭਰਾ ਤੁਸੀਂ ਇੱਕ ਥਾਂ ਤੇ ਆਓ ਪਹਿਲਾਂ ਗ੍ਰੀਸ ਵਿੱਚ ਆਓ ਸਮਾਂ ਜ਼ਰੂਰ ਲੱਗਦਾ ਹੁੰਦਾ ਹਰ ਜੇ ਕ ਮੂਲ ਖੋ ਜਾਂਗੇ ਮੇਰਾ ਪਰਾ ਉਹਦਾ ਨੁਕਸਾਨ ਆਪਾਂ ਨੂੰ ਚੱਲਣਾ ਪੈਣਾ ਜੇ ਤੁਸੀਂ ਪੁਲਿਸ ਵੱਲੋਂ ਫੜ ਹੋ ਜਾਂਦੇ ਆ ਰੱਬ ਨਾ ਕਰੇ ਕੋਈ ਪੁਲਿਸ ਵੱਲੋਂ ਫੜ ਹੋ ਗਿਆ ਉਹਨਾਂ ਨੇ ਚੱਕ ਕੇ ਰਿਪੋਰਟ ਮਾਰਨਾ ਸਿੱਧਾ ਪੰਜਾਬ ਹੈ ਠੀਕ ਹੈ ਜੇ ਤੁਸੀਂ ਮੇਰਾ ਪਰਾ TCR ਕਾਰਡ ਤੇ ਘੁੰਮੂਗੇ ਕਿਤੇ ਜੇ ਜੇ ਤੁਸੀਂ ਕੰਮ ਕਰੋਗੇ ਰੱਬ ਨਾ ਕਰੇ ਜੇ ਤੁਸੀਂ ਫੜ ਹੁੰਦੇ ਉਹਨਾਂ ਨੇ ਚੱਕ ਕੇ ਫਿਰ ਤੁਹਾਨੂੰ ਗਰੀ ਸਮਾਰਨਾ ਇਹ ਬੈਨੀਫਿਟ ਆ ਤੁਸੀਂ ਗ੍ਰੀਸ ਦੇ ਵਿੱਚ 6-7 ਮਹੀਨੇ ਜਪਕੇ ਹੋ ਜਾਉਗੇ ਤੇ ਮੇਰਾ ਭਰਾ ਜੇ ਲਗਾਤਾਰ ਤੁਸੀਂ 4-5 ਸਾਲ ਇੱਥੇ ਕੰਮ ਕਰੋਗੇ ਤੇ ਜਦੋਂ ਤੁਸੀਂ ਟੀਆਰਸੀ ਕਾਰਡ ਦਾ ਡੱਬਾ ਬਣਾ ਲਿਆ ਠੀਕ ਆ ਤੁਸੀਂ ਦੋ-ਦੋ ਸ਼ਿਫਟਾਂ ਲਾ ਕੇ ਵੀ ਕੰਮ ਕਰ ਸਕਦੇ ਆ ਆਰਾਮ ਨਾਲ ਵਧੀਆ ਅਰਨਿੰਗ ਕਰ ਸਕਦੇ ਆ ਤੁਸੀਂ ਐਪੀ ਮੈਕਰੋ ਕਾਰਡ ਬਣਵਾ ਲਵੇ ਬੰਦਾ ਐਪੀ ਮੈਕਰੋ ਦਾ ਮਤਲਬ ਹੁੰਦਾ ਕਿ ਤੁਸੀਂ ਹਨਾ ਇਹ ਕਿਤੇ ਵੀ 26 ਕੰਟਰੀਆਂ ਦੇ ਵਿੱਚੋਂ ਆਪਣੇ ਪੇਪਰ ਚੇਂਜ ਕਰਵਾ ਸਕਦੇ ਆ ਉਹ ਤਾਂ ਜਿਹੜੇ ਇੱਥੇ ਸਿਆਣੇ ਬੰਦੇ ਰਹਿੰਦੇ ਆ ਪੁਰਾਣੇ ਉਹਨਾਂ ਨੂੰ ਪਤਾ ਤੇ ਮੇਰਾ ਭਰਾ ਜਿਹੜੇ ਨਵੇਂ ਆਉਂਦੇ ਉਹ ਵੀ ਮੇਰਾ ਵੀ ਜਰੂਰ ਦੇਖ ਲਓ ਆਪਣਾ ਐਪੀ ਮੈਕਰੋ ਕਾਰਡ ਬਣਾ ਕੇ ਲਗਾਤਾਰ ਇਥੇ 5-6 ਸਾਲ ਕੰਮ ਕਰੋ ਤੇ ਮੇਰਾ ਭਰਾ ਜਿੱਥੇ ਮਰਜੀ ਜਰਮਨ ਹੋਵੇ ਫਰਾਂਸ ਹੋਵੇ 스위스ਲੈਂਡ ਹੋਵੇ ਜਿੱਥੇ ਤੁਹਾਡਾ ਦਿਲ ਕਰੂਗਾ ਤੁਸੀਂ ਪੇਪਰ ਚੇਂਜ ਕਰਵਾ ਕੇ ਆਪਣਾ ਤੇ ਤੁਸੀਂ ਕੰਮ ਕਰ ਸਕਦੇ ਆ ਇਸ ਲਈ ਮੇਰਾ ਭਰਾ ਜਿਹੜੇ ਆਂਦੇ ਆ ਮੇਰਾ ਭਰਾ ਨਵੇਂ ਉਹ ਜਰੂਰ ਇਹ ਮੇਰਾ ਵੀਰ ਵੀਡੀਓ ਦੇਖ ਲਿਓ ਕਿਉਂਕਿ ਯਾਰ ਅੱਗੇ ਜਾਣਾ ਤੁਸੀਂ ਹਨਾ ਦੋ ਨੰਬਰ ਦੇ ਵਿੱਚ ਹੋ ਜਾਣਾ ਦੋ ਨੰਬਰ ਜੇ ਤੁਹਾਨੂੰ ਪਤਾ ਕੰਮ ਦਾ ਅੱਗੇ ਨਹੀਂ ਉੱਥੇ ਮਿਲਦਾ ਇੱਥੇ ਇਹ ਤੇ ਤੁਹਾਡਾ ਕੰਮ ਦਾ ਚੱਲੀ ਜਾਊਗਾ ਭਾਵੇਂ ਤੁਹਾਨੂੰ 60-70000 ਰੁਪਏ ਜਾਂ ਬਚਦਾ ਆ ਠੀਕ ਆ ਪਰ ਪਹਿਲੇ ਪਹਿਲੇ ਸਾਲ ਇੰਨੇ ਕਿਹੀ ਪੈਸੇ ਬਚਦੇ ਹੁੰਦੇ ਜਦੋਂ ਤੁਸੀਂ ਪੱਕੇ ਹੋ ਜਾਓਗੇ ਫਿਰ ਤੁਹਾਡੇ ਵੱਧ ਤੋਂ ਤੁਸੀਂ ਪੈਸੇ ਕਮਾ ਸਕਦੇ ਾਂ ਜਿਹੇ ਬੰਦੇ ਦੇ ਹੱਥ 'ਚ ਹੁਨਰ ਵੀ ਆ ਜੇ ਨਹੀਂ ਵੀ ਇਹ ਤੇ ਡੇਰੀ ਫਾਰਮਾਂ ਦੇ ਵਿੱਚ ਜਾਂ ਫਾਰਮਾਂ ਦੇ ਵਿੱਚ ਹੋਗੇ ਖੇਤੀਬਾੜੀ ਦੇ ਕੰਮ ਦੇ ਵਿੱਚ ਜਿਨ੍ਹਾਂ ਦੀ ਪਛਾਣ ਹੁੰਦੀ ਬੰਦਾ ਰਲ ਮਿਲ ਕੇ ਕੰਮ ਕਰ ਲੈਂਦਾ ਜੇ ਹੱਥ 'ਚ ਹੁਨਰ ਹੁੰਦਾ ਬਦਾਂ ਵਧੀਆ ਪੈਸੇ ਬਣਾ ਲੈਂਦਾ ਇਸ ਲਈ ਮੇਰਾ ਭਰਾ ਤਤੇ ਤਤੇ ਕਾਸਟ ਹੈ ਪੰਜਾਬ ਚ ਕੀਆ ਕਰੋ ਤੁਹਾਡੇ ਪੇਪਰ ਤੁਸੀਂ ਅਸੀਏ ਤੇ ਬਣਦੇ ਆ ਪੇਪਰ ਬਣਾਉਣੇ ਯੂਰਪ ਤੇ ਵਿੱਚ ਬਹੁਤ ਔਖੇ ਆ ਮੇਰਾ ਵੀਰ ਬੰਦੇ ਦੇ ਹਨ ਨੱਖ ਨਾਲ ਲਕੀਰਾ ਨਿਕਲ ਜਾਂਦੀਆਂ ਜਦੋਂ ਪੇਪਰ ਬਣਾਉਣੇ ਹੁੰਦੇ ਪਹਿਲਾਂ ਆਪਣਾ ਇੱਕ ਥਾਂ ਦੇ ਬੇਸ ਪੱਕਾ ਕਰੋ ਆਪਣੇ ਪੇਪਰ ਬਣਾਓ ਫਿਰ ਅਗਲਾ ਸਟੈਪ ਚੱਕੋ ਪੈਂਦੇ ਸੱਟੀ ਨਾ ਮੇਰਾ ਭਰਾ ਅੱਗੇ ਨਿਕਲਣ ਦੀ ਕਰਿਆ ਕਰੋ ਕਿਉਂਕਿ ਉਹਦੇ ਨਾਲ ਤੁਹਾਡਾ ਹੀ ਨੁਕਸਾਨ ਹੁੰਦਾ ਕਿਸੇ ਦੇ ਮਗਰ ਨਾ ਲੱਗੋ ਆਪਣੇ ਦਿਮਾਗ ਬਾਰੇ ਸੋਚੋ ਆਪਣੇ ਪਰਿਵਾਰ ਬਾਰੇ ਸੋਚ ਕੇ ਫਿਰ ਅਗਲਾ ਸਟੈਪ ਚੱਕੋ ਬਾਕੀ ਤੁਸੀਂ ਆਪਣਾ ਮੇਰਾ ਭਰਾ ਟਾਈਮ ਕੱਢ ਕੇ ਵੀਡੀਓ ਦੇਖਦੇ ਆ ਉਹਦੇ ਲਈ ਮੇਰਾ ਵੀਰ ਬਹੁਤ ਬਹੁਤ ਤੁਹਾਡਾ ਧੰਨਵਾਦ ਜੇ ਕਿਸੇ ਮੇਰੇ ਭਰਾ ਨੂੰ ਦੀਏ ਤੇ ਇੰਸਟਾਗ੍ਰਾਮ ਤੇ ਮੇਰਾ ਭਰਾ ਮੈਸੇਜ ਕਰਦਾ ਕਰੋ ਜਿਹਨੂੰ ਵੀ ਜ਼ਰੂਰਤ ਹੋਊਗੀ ਆਪਾਂ ਕੰਮ ਤੇ ਉਹਨਾਂ ਨੂੰ ਲਵਾ ਦਿੰਦੇ ਆ ਜਦੋਂ ਵੀ ਕੋਈ ਨਾ ਕੋਈ ਕਿਸੇ ਦਾ ਕੰਮ ਆਉਂਦਾ ਹੀ ਰਹਿੰਦਾ ਮੈਸੇਜ ਆਉਂਦਾ ਹੀ ਰਹਿੰਦਾ ਤੇ ਮੇਰਾ ਭਰਾ ਕਈਆਂ ਨੂੰ ਕੰਮ ਨਹੀਂ ਮਿਲਦਾ ਤੇ ਤੁਸੀਂ ਮੈਸੇਜ ਕਰਦਾ ਕਰੋ ਆਪਾਂ ਕੰਮ ਤੇ ਮੇਰਾ ਭਰਾ ਲਵਾ ਦਿੰਦੇ ਆ ਬੰਦੇ ਤੇ ਬਾਕੀ ਤੁਸੀਂ ਵੀਡੀਓ ਦੇਖਦੇ ਆ ਉਹਦੇ ਲਈ ਮੇਰਾ ਭਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ